ਆ ਵੇਖੋ ਮਾਲਕ ਨੇ ਬਣਾਈ ਕੋਈ ਕਿਸੇ ਨਾਲ ਪਿਆਰ ਵਧਾਏ ਕੋਈ ਕਰਾਏ ਲੜਾਈ ਹਰ ਵੇਲੇ ਇਹਨੂੰ ਇਹ ਹੋ ਰਹਿੰਦਾ ਬੇਕਾਰੀ ਵਿੱਚ ਜਾਵਾ ਹੱਸਦੇ ਵੱਸਦੇ ਵਿੱਚ ਕਰਾਂਗੇ ਕੋਈ ਪਵਾੜਾ ਪਾਵਾਂ ਚਿੱਤਰੋ ਚਿੱਤਰੀ ਕਰੇ ਜਾਣ ਸਰ ਐਸੀ ਉਂਗਲ ਬਾਈ ਚਿੱਤਰੋ ਚਿੱਤਰੀ ਕਰੇ ਜਾਣ ਸਰ ਐਸੀ ਉਂਗਲ ਬਾਈ ਕਰਤਾ ਨਾ ਖੁਸ਼ ਤੈਨੂੰ ਹੋਏ ਅਮਲੀ ਤਾਂ ਹੁੰਦੇ ਹੀ ਲੋਕਾਂ ਨੂੰ ਖੁਸ਼ ਕਰਨ ਲਈ ਆ ਪਰ ਪਤਾ ਨੀ ਲੋਕ ਅਮਲੀਆਂ ਤੋਂ ਕਿਉਂ ਦੁਖੀ ਰਹਿੰਦੇ ਆ ਹੈਂ ਓਏ ਅਸੀਂ ਕਿਸੇ ਦਾ ਕੋਈ ਮਾੜਾ ਕਰਦੇ ਹਾਂ ਆਹ ਵੱਸਦੇ ਹਾਂ ਲੋਕਾਂ ਨੂੰ ਹਸਾਉਣੇ ਆ ਗੱਲ ਪੱਕੀ ਹੈ ਤੇਰੀ ਤਾਇਆ ਭੋਰਾ ਨਸ਼ਾ ਖਾ ਕੇ ਸਾਰਾ ਦਿਨ ਖਿੜੇ ਫੁੱਲ ਵਾਂਗੂ ਰਹਿਣਾ ਇਹ ਵੀ ਮਾੜੀ ਗੱਲ ਹੈ ਓਏ ਉਹੀ ਤਾਂ ਮੈਂ ਤੈਨੂੰ ਗੱਲ ਦੱਸੀ ਜਾਂਦਾ ਮੈਂ ਇਹਨਾਂ ਲੋਕਾਂ ਨੂੰ ਪੁੱਛਦਾ ਵੀ ਅਸੀਂ ਕਿਸੇ ਦਾ ਮਾੜਾ ਤਾਂ ਨਹੀਂ ਕਰਦਾ ਉਹ ਪਤੰਦਰੋਂ ਜੇ ਤੁਸੀਂ ਨਸ਼ਾ ਨਹੀਂ ਖਾਣਾ ਤਾਂ ਨਾ ਖਾਓ ਉਹ ਸਾਨੂੰ ਤਾਂ ਨਾ ਹਟਾਓ ਖਾਣ ਤੋਂ ਅਸੀਂ ਤੁਹਾਡਾ ਕੋਈ ਮਾੜਾ ਕਰਦੇ ਹਾਂ ਗੱਲਾਂ ਕਰਦੇ ਹਾਂ ਐਵੇਂ ਕਮਲੇ ਆ ਤਾਇਆ ਹੈ ਤਾਂ ਇਹਦਾ ਚੀਜ਼ ਹੀ ਬੜੀ ਵਧੀਆ ਕੱਲ੍ਹ ਮੈਂ ਗਿਆ ਸੀ ਉਹਦੇ ਕੋਲ ਭੇਡਾਂ ਵਾਲੇ ਕੋਲ ਲੈਣ ਪਰ ਮਿਲੀ ਨਹੀਂ ਮੁੱਕਰ ਹੀ ਗਿਆ ਉਹ ਤਾਂ ਮੈਨੂੰ ਉਹ ਪਤੰਦਰਾ ਤੂੰ ਵੀ ਝੋਟੇ ਵਾਲੇ ਘਰੋਂ ਲੱਸੀਆਂ ਪਾਲਦਾ ਓਏ ਗੱਲ ਸੁਣ ਮਿੱਤਰਾ ਓਏ ਆਪਣਾ ਬਾਰ ਇਸ ਕੰਮ ਲਈ ਸਦਾ ਹੀ ਖੁੱਲ੍ਹਾ ਜਦੋਂ ਮਰਜ਼ੀ ਆ ਤੇ ਗੱਫੇ ਲੈ ਕੇ ਜਾ ਹੈਂ ਜੇ ਇਰਾਦਾ ਹੈ ਤਾਂ ਦੇਵਾਂ ਪੂਰਾ ਲਿਆ ਤਾਇਆ ਜਲਦੀ ਕਰ ਹੋਰ ਮੈਂ ਕਾਹਦੀ ਲਿਆਇਆ ਇਸੇ ਲਈ ਤਾਂ ਆਇਆ ਅਰੇ ਜਲਦੀ ਕਰ ਮੇਰਾ ਸਰੀਰ ਜਿਹਾ ਟੁੱਟੀ ਜਾਣ ਦਿਆ ਤੂੰ ਫਿਕਰ ਕਿਉਂ ਕਰਦਾ ਹੁਣੇ ਚੜਾ ਦੇਣਾ ਘੋੜੇ ਤੇ ਜਲਦੀ ਚੜਾ ਘੋੜੇ ਨਾਲੇ ਖਾਏਗਾ ਤੇ ਨਾਲੇ ਗੁਣਗੁਣਾਏਗਾ ਪਰ ਇਹ ਤਾਂ ਚੀਜ਼ ਇਹੋ ਜਿਹੀ ਆ ਵੀ ਰੋਂਦਿਆਂ ਨੂੰ ਹਸਾ ਦਿੰਦੀ ਆ ਖਾ ਲਵਾਂ ਓ ਚੱਕਦੇ ਫਟੇ ਕੀ ਸੋਚੀ ਜਾਣਾ ਹੈ ਚੱਕਦੇ ਫਟੇ ਕਮਾਲ ਦੀ ਗੱਲ ਉਹ ਜਿੱਥੇ ਮਰਜ਼ੀ ਲੁਕ ਕੇ ਬਹਿ ਜਾਈਏ ਪਰ ਇਹ ਮਾਂ ਪੁੱਤ ਖੇੜੇ ਨਹੀਂ ਛੱਡਦੇ ਪਤਾ ਨਹੀਂ ਕਿੱਥੋਂ ਲੱਭ ਲੈਂਦੇ ਮੈਨੂੰ ਵੀ ਕਿਹਾ ਤੇ ਹੋਰ ਵੀ ਕਈ ਮੁੰਡਿਆਂ ਨੂੰ ਕਿਹਾ ਜਿਹੜੇ ਅੱਜ ਆਏ ਨੀ ਹੈਗੇ ਮੇਰੀ ਗੱਲ ਸੁਣ ਹੁਣ ਮੈਂ ਤੈਨੂੰ ਛੱਡਦੀ ਨੀ ਮੈਂ ਸਾਰਾ ਪੰਚਾਇਤ ਪਿੰਡ ਇਕੱਠਾ ਕਰਕੇ ਨਾ ਉੱਥੇ ਤੈਨੂੰ ਲੈ ਕੇ ਚੱਲੂਗੀ ਤੇਰੀਆਂ ਲਕੀਰਾਂ ਕਢਾਉਂਗੀ ਇਹ ਤਾਂ ਸਾਰੇ ਮੁੰਡਿਆਂ ਦੀ ਪੱਟੀ ਮੇਸ ਆਜੂਗੀ ਲੈ ਕੇ ਚੱਲਾਂ ਤੈਨੂੰ ਸਾਰਿਆਂ ਦੇ ਵਿੱਚ ਨਾ ਚਾਚੀ ਸਾਰਿਆਂ ਸਾਹਮਣੇ ਨਾ ਲੈ ਕੇ ਜਾਈ ਮੈਂ ਸੌ ਖਾਨਾ ਲਾਏ ਕੰਨਾਂ ਨੂੰ ਹੱਥ ਅੱਗੇ ਤਾਂ ਮੈਂ ਨੀ ਨਸ਼ੇ ਨੂੰ ਹੱਥ ਲਾਉਂਦਾ ਹੁਣ ਤੂੰ ਮੇਰੀ ਗੱਲ ਸੁਣ
तू मुड़ के जे उस अमली दे कोल तेनू खड़े नू वेख लिया ते फिर मैथों बुरा कोई नहीं मैं तेनू दसा समझ गई ना एदा बेड़ा भाई जी एदा ए तो सारे पिंड दे मुंडिया दा नाश कर दूगा एदा की इलाज बनावा मैनू आई नहीं समझ आउंदी भी ए फत्तू अमली किसे नशिया वाले दे नाल मिलिया वे ते पहला मैं ए भेत कढ़ा भी एदे कोल नशे कौन फड़ाउंदा है ते फिर तां गाहां वंडदा है हुण तेरे नाल की करे चंगा ए कर तू डरदा तेरे मां प्यो कोल नहीं लिजांदी तेनू पिंड च नहीं लिजांदी मेरे नाल गुरुद्वारे चल बार च खड़ के सौ पा कन फड़ के भी मैं मुड़ के नशे नू हथ नहीं लाउंदा खावेंगा सौ हां चाची चल गुरुद्वारे सौ खा लैने अच्छा ठीक है नहीं करे दसदी पुत्त देख नाल ते मुंडे नू आखी बे बे जड़ा पट्टियां वाले दे कोल ना बैठिया करो ओदी दाढ़ी पट्टूंगी फेर मैं तां शाबाश पुत्त शाबाश आ चल आ जा चल चंगा कीता पुत ते की हाल है पुत तेरी बीबी दा सारे ठीक है गे अच्छा ते पुत चाह पानी चल बस मामा चाह ना मैं पी के आई थी मेनू टाइम लग जूगा अच्छा ते मामी दा की हाल है मैं घरे ना जावे नाले मामी कोले खड़ी खड़ी नहीं 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 पुत तैनू पता भी एक ता ओदा सुभाअ ही ऐ जा एक पुत ना साडे कोई गड़बड़ जी हो के थी की गल होगी नहीं पुत दसण वाली नहीं टाइम मिलया ना मैं फिर किसे दिन तैनू दसूंगा मेरी धी ते हुण फिर चाह पानी नहीं पीनी नहीं बस मामा चल दी आई हुण मैं फिर मैं ता आप पुत खेत चलया सी तू आ जी करे मिलया ही कोई नहीं मिलयावांगे शाबाश ओहो पता नहीं किहा जा दिन चढ़े अज तक कोई मुर्गी नहीं फसी ते बू आ तो कोई ऐ लगता जिवें नवा ही आया हुंदा इसे ते चलावा चक्कर कोई हां ਕਿਹਦੀ ਹੈ ਸੋਨੇ ਦੀ ਲੱਗਦੀ ਹੈ ਕੀ ਹੈ ਭਾਈ ਕੀ ਹੈ ਇਹ ਵੇਖਾਂ ਵੂ ਜੀ ਮੈਂ ਮਰ ਜਾ ਇਹ ਤਾਂ ਸੋਨੇ ਦੀ ਹੈ ਇਹ ਤੇਰੀ ਹੈ ਮਈ ਤੂੰ ਕੀ ਲੈਣਾ ਤੇਰੀ ਤਾਂ ਨਹੀਂ ਓਹੋ ਜੇ ਮੇਰੀ ਨਹੀਂ ਤਾਂ ਤੇਰੀ ਵੀ ਨਹੀਂ ਤਾਂ ਇੱਥੋਂ ਚੱਕੀ ਤਾਂ ਹਾਂ ਮੈਂ ਤੈਨੂੰ ਚੱਕ ਦੇ ਨੂੰ ਵੇਖਿਆ ਚੱਕੀ ਮੈਂ ਆ ਤਾਂ ਕੀ ਲੈਣਾ ਵੇ ਭਾਈ ਚੱਕੀ ਤਾਂ ਤੈ ਆ ਪਰ ਮੈਂ ਤੈਨੂੰ ਚੱਕ ਦੇ ਨੂੰ ਮੌਕੇ ਤੇ ਆ ਕੇ ਵੇਖ ਤਾਂ ਲਿਆ ਇਸ ਵਾਸਤੇ ਠੀਕ ਹੈ ਵੀ ਤੈ ਚੱਕੀ ਹੈ ਤੇਰੀ ਫਾਇਲ ਹੋ ਗਈ ਮੈਂ ਤੈਨੂੰ ਵੇਖਿਆ ਮੈਂ ਦੂਜੇ ਨੰਬਰ ਤੇ ਆ ਗਈ ਮੇਰਾ ਕੁਝ ਹੱਕ ਤਾਂ ਬਣਦਾ ਹੀ ਹੈ ਨਾ ਦੇਖ ਕਾਕਾ ਮੇਰੀ ਗੱਲ ਸੁਣ ਜੇ ਮੇਰੇ ਚਿੱਤ 'ਚ ਖੋਟ ਹੁੰਦਾ ਤਾਂ ਮੈਂ ਇਹ ਕਹਿੰਦੀ ਤਾਂ ਮੇਰੀ ਮੈਨੂੰ ਫੜਾ ਨਾ 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 ਮੈਂ ਤਾਂ ਦੁੱਧਰ ਕੀ ਸਾਫ ਆ ਬੇਈਮਾਨੀ ਮੈਂ ਨਹੀਂ ਕਰਦੀ ਪਰ ਮੈਂ ਤੈਨੂੰ ਚੱਕ ਦੇ ਨੂੰ ਵੇਖ ਲਿਆ ਮੇਰਾ ਇਹਦੇ 'ਚ ਹੱਕ ਬਣਦਾ ਥੋੜਾ ਘਣਾ ਜ਼ਰੂਰ ਸਿਰ ਜਾਣਾ ਖੁਰਕ ਜੇ ਨਾ ਦੇਵੇਂਗਾ ਕੁਛ ਤੇ ਮੈਂ ਪਾ ਦੂੰ ਰੌਲਾ ਪਿੰਡ ਦੇ ਲੋਕ ਇਕੱਠੇ ਹੋ ਜਾਣਗੇ ਨਾਲੇ ਤਾਂ ਜਾਊ ਚੂੜੀ ਤੇ ਨਾਲੇ ਤੇਰੇ ਸਿਰ ਹੋਊ ਛਿੱਤਰ ਪਾਉਂਦਾ ਹੁਣ ਤਾਂ ਇਹ ਛਿੱਤਰ ਪਾਉਂਦੇ ਤੋਂ ਜੇ ਬਚਣਾ ਹੈ ਤਾਂ ਮੈਨੂੰ ਬਰਿਆ ਦੇ ਕੁਛ ਨਾ ਕੁਛ ਦੇ ਕੇ ਹਾਂ ਮਾਈ ਦੱਸ ਫਿਰ ਕੀ ਚਾਹੁੰਦੀ ਹੈ ਮੈਂ ਪੁੱਤ ਮੈਂ ਕੀ ਚਾਹਣਾ ਸੀ ਮੈਂ ਤਾਂ ਆ ਨਹੀਂ ਹੈ ਵੀ ਜਿਹੜਾ ਮੇਰਾ ਹੱਕ ਬਣਦਾ ਮਾੜਾ ਮੋਟਾ ਉਹ ਮੈਨੂੰ ਦੇ ਦੇ ਇਹ ਵੇਖ ਉਰੇ ਫੜਾ ਮੈਨੂੰ ਇਹ ਭਾਈ ਹੋਊਗੀ 4-5 ਤੋਲਿਆਂ ਦੀ ਤੇ 20-25,000 ਦੀ ਇਹ ਤੇ ਤੂੰ ਮੈਨੂੰ ਜਿਹੜਾ ਕੁਛ ਦੇਣਾ ਹੋਏ ਦੇ ਦੇ ਖੋਹਦਾ ਕਿਉਂ ਮੈਂ ਕਦੇ ਲੈ ਕੇ ਜਾਂਦੀ ਹੈ ਤੂੰ ਮੈਨੂੰ ਕੁਛ ਦੇ ਦੇ ਮੇਰੀ ਜ਼ਬਾਨ ਬੰਦ ਕਰਨ ਵਾਸਤੇ ਹਾਂ ਲਿਆ 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 ਮਈ ਮੇਰੇ ਕੋਲ ਤਾਂ 1,000 ਰੁਪਏ ਫੋਟੋ 1,000 ਰੁਪਿਆ ਲੈ 1,000 ਦੇ ਨਾਲ ਕੀ ਬਣਦਾ ਆ 20-25,000 ਦੀ ਹੈ 1,000 ਹਜ਼ੂਰ ਨਾਲ ਨਹੀਂ ਮੈਂ ਤੈਨੂੰ ਦੱਸਾਂ ਮੈਂ ਮਈ ਬਸ ਠੀਕ ਹੈ ਨਾ ਠੀਕ ਨਹੀਂ ਫਿਰ ਚਲ ਆਏਗਾ ਪੈਸੇ ਹੋਰ ਹੈ ਨਹੀਂ ਤਾਂ ਘੜੀ ਲਾ ਦੇ ਮਈ ਐਵੇਂ ਨਾ ਕਰ ਓਹੋ ਤੂੰ ਘੜੀ ਲਾ ਦੇ ਫਿਰ ਕੋਈ ਨਹੀਂ ਤੂੰ ਘੜੀ ਲਾ ਦੇ ਲੈ ਹੋਰ ਕੀ ਵੇਖਾਂ ਆ ਛਾਪ ਮੈਂ ਕੁਛ ਨਹੀਂ ਓਹੋ ਤੂੰ ਛਾਪ ਲਾ ਦੇ ਮੈਨੂੰ ਲੈ ਹੈ ਕੀ ਗੱਲਾਂ ਕਰਦਾ ਲਾ ਦੇ ਕੀ ਹੈ ਸਾਰੀ 1,500 ਦੀ ਮਸਾ ਛਾਪ ਆਊਗੀ ਹੈ ਆ 20-25,000 ਲੈ ਚੱਲੇ ਅੱਛਾ ਮੇਰੀ ਗੱਲ ਸੁਣ ਪੁੱਤ ਤੈਨੂੰ ਕਦੇ ਵੇਖਿਆ ਨਹੀਂ ਤੂੰ ਕਿਹਦੇ ਆਇਆ ਕਿਵੇਂ ਹੈ ਮਾਈ ਮੈਂ ਇੱਥੇ ਇਸ ਪਟੋਡੇ ਪਿੰਡ 'ਚ ਮਾਸਟਰ ਲੱਗਿਆ ਨਵਾਂ ਅੱਛਾ ਸਾਡੇ ਪਿੰਡ 'ਚ ਮਾਸਟਰ ਲੱਗਿਆ ਹਾਂ ਮਾਈ ਹਾਂ ਅੱਛਾ ਅੱਛਾ ਕੋਈ ਨਹੀਂ ਸ਼ਾਬਾਸ਼ ਚੰਗਾ ਆਪਾਂ ਫੇਰ ਕਿਹੜਾ ਮਿਲਾਂਗੇ ਨਹੀਂ ਹੈ ਠੀਕ ਹੈ ਮਾਈ ਠੀਕ ਸੁਨਿਆਰਾ ਲੱਭਦੇ ਹੁਣ ਕੀ ਬਾਤ
ਭਾਈ ਸਾਹਿਬ ਇੱਥੇ ਕੋਈ ਸੁਨਹਿਰੀ ਦੁਕਾਨ ਹੈ? ਹਾਂਜੀ ਹਾਂ, ਮੈਂ ਸੁਨਹਿਰੀ ਹੀ ਹਾਂ। ਆਹ ਦੇਖਣਾ ਯਾਰ, ਇਹਦਾ ਕੀ ਦੇਖਣਾ ਸੀਗਾ ਜੀ? ਕਿੰਨੀ ਕਰੀ ਹੋ ਗਈ? ਬਸ 10-15 ਰੁਪਏ। ਲੁੱਟਿਆ ਗਿਆ ਓਏ, ਮਾਰਿਆ ਗਿਆ, ਲੁੱਟ ਕੇ ਲੈ ਗਈ ਉਹ ਮੈਨੂੰ। ਹੁਣ ਹੀ ਤਾਂ ਇਸੇ ਪਿੰਡ ਦੇ ਲੱਭੇ ਬਗੈਰ ਤਾਂ ਮੈਂ ਵੀ ਨਹੀਂ ਸੜਦਾ। Please like and subscribe the channel. Please like and subscribe the channel. ਕਮਾਰ ਕਰਤੀ ਇਸੇ ਪੱਥਰ ਦੇ ਕੰਮ ਲੈ ਵਾਗਰੂ, ਮਹੀਨਾ ਹੋ ਗਿਆ ਹੁਣ ਮੈਨੂੰ ਤਾਂ ਸੁੰਘੀ ਨੂੰ ਕੋਈ, ਕਦੇ ਕਿਸੇ ਕੋਲੇ ਜਾ ਕਦੇ ਕਿਵੇਂ ਕਦੇ ਕਿਵੇਂ, ਆਹ ਕਿੱਥੇ ਰੱਖੀ ਆ ਬੇ ਵਾਗਰੂ ਲੈ। ਓਹ ਨੀ ਮੇਰੀ ਡੱਬੀਏ, ਐਂ ਤਾਂ ਮੇਰੀ ਸਹੇਲੀ ਪੱਕੀ ਸਿਆਈ ਗਈ ਮੈਨੂੰ ਤੂੰ। ਭਰੀ ਦੀ ਭਰੀ ਡੱਬੀ ਪਈ ਆ, ਪੂਰਾ ਮਹੀਨਾ ਹੋ ਗਿਆ ਨਸਵਾਰ ਸੁੰਘੀ ਨੇ ਤਾਂ ਭਾਲਦੀ ਫਿਰਦੀ ਸੀ ਵੀ ਡੱਬੀ ਕਿੱਧਰ ਗਈ, ਡੱਬੀ ਕਿੱਧਰ ਗਈ, ਤੇ ਪੱਥਰ ਨੇ ਲੁਕਾ ਕੇ ਰੱਖੀ ਇਹਦੇ ਵਿੱਚ। ਨਸਵਾਰ ਸੁੰਘਣ ਦਾ ਸਵਾਦ ਵੀ ਉਦੋਂ ਹੀ ਆਉਂਦਾ ਜਦੋਂ ਮਨ ਸਾਰੇ ਪਾਸੇ ਖੁਸ਼ ਹੋਵੇ। ਅੱਜ ਮੈਂ ਸੁਰਖਰੂ ਹਾਂ, ਸ਼ੁਕਰ ਹੈ ਮਹਾਰਾਜ ਤੇਰਾ, ਲੱਖ ਲੱਖ ਸ਼ੁਕਰ ਹੈ। ਹੁਣ ਅੱਜ ਮੈਂ ਉਹਜਾ ਨਾਲ ਬੈਠ ਕੇ ਡੱਬੀ ਭਰੀ ਪਈ ਆ, ਅੱਧੀ ਤਾਂ ਕਰ ਦੂੰਗੀ ਅੱਜ ਮੈਂ ਸੁੰਘ ਸੁੰਘ ਕੇ। ਗੱਲ ਸੁਣ ਕੇ ਨਾ ਤੂੰ ਆਇਆ ਕੱਪੜੇ ਪਾ ਲੈ, ਸ਼ੁਕਰ ਹੈ ਮਹਾਰਾਜ ਦਾ। ਤੇ ਗੱਲ ਸੁਣ, ਆ ਤਾਂ ਰੱਖੀ ਸੀ ਇਹਦੇ ਵਿੱਚ ਸਾਰੀ ਉਹ ਬਾਗਰੂ ਬਾਗਰੂ ਠੀਕ ਆਦੇ ਹੁੰਦੇ, ਜਿੰਨਾ ਬਾਹਰ ਹੈ ਉਹਨਾਂ ਧਰਤੀ ਚੱਲ ਦੱਸ ਜੋ ਖਾਣੇ ਦਾ ਲੈ ਰੱਖਤੀ ਨਹੀਂ ਸੁਣਦੀ। ਆਹੋ ਆਹੋ ਨਹੀਂ ਸੁਣਦੀ ਬਰਫੀ ਖਾ ਲਈ, ਲੱਡੂ ਖਾ ਲਈ, ਫਿਰ ਹੁਣ ਮੈਂ ਨਾ ਚੱਲਾਂ ਤੇਰੇ, ਮੈਂ ਨਾ ਚੱਲਾਂ, ਗੱਲਾਂ ਲੈ ਆਵੇਂਗਾ। ਸ਼ੁਕਰ ਹੈ ਸ਼ੁਕਰ ਹੈ, ਜੇ ਤੂੰ ਮੈਂ ਦਿੰਦੀ ਹਾਂ ਪੈਸੇ ਇਹਦੇ ਵਿੱਚ ਵੀ ਪਏ ਨੇ, ਇਸੇ ਥਾਂ ਕਿੰਨੇ ਕੁ ਲੈਣੇ ਨਾ? ਹਾਂ ਲੈ 10 ਹੀ ਲੈ ਜਾ, ਲੈ 10 ਲੈ ਜਾ। ਹਾਂ ਪੰਜ ਮੋੜ ਕੇ ਲਿਆਏਗਾ ਨੀ ਮਾਛਲ ਵੈਗਰੀ ਵੈਗਰੀ, ਸ਼ੁਕਰ ਹੈ ਸ਼ੁਕਰ ਜਾ ਪੁੱਤ, ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਜਾ ਵਾਗਰੂ। ਹੇ ਮਹਾਰਾਜ ਤੂੰ ਧੰਨ ਹੈ, ਅੱਜ ਉਹੀ ਘਰ ਗਏ ਮਣ ਗਏ ਮਣ ਫੇਰ ਕਰਨ ਲੱਗ ਗਿਆ, ਮੈਂ ਤਾਂ ਭੁੱਲ ਗਈ ਖਸਮਾਂ ਨੂੰ ਖਾਂਦਾ ਬਥੇਰਾ ਮਹਾਰਾਜ ਦਾ ਸਭ ਕੁਛ ਦਿੱਤਾ ਹੈ, ਵਿਆਹ ਵੀ ਕਰ ਲੂੰਗੀ ਸਾਰਾ ਕੁਛ ਹੀ ਹੋ ਜੂਗਾ, ਮੇਰਾ ਪੁੱਤ ਅੱਜ ਹੱਸਦਾ ਖੇਡਦਾ ਫਿਰਦਾ ਮੇਰੇ ਸਾਹਮਣੇ, ਮੈਨੂੰ ਤਾਂ ਕਿਸੇ ਚੀਜ਼ ਦੀ ਪਰਵਾਹ ਨਹੀਂ, ਅਸੀਂ ਮੇਰੀਆਂ ਅੱਖਾਂ ਦੇ ਸਾਹਮਣੇ ਹੱਸਦਾ ਖੇਡਦਾ ਰਹੇ, ਸ਼ੁਕਰ ਹੈ। Ah!
ਲਿਓ ਮਾਤਾ ਜੀ ਮੈਂ ਸੰਭਰ ਦਿੰਦਾ, ਫੜਾਓ ਮੈਨੂੰ ਬੌਂਕਰ। ਤੂੰ ਸੰਭਰ ਦਿੰਦਾ ਕੀ ਗੱਲ ਭਾਈ, ਪੜ੍ਹਿਆ ਲਿਖਿਆ ਵਾ ਲੱਗਦਾ ਹੈ ਤੇ ਸੰਭਰ ਦਾ ਕਿਉਂ ਨਾ ਲੈਣਾ, ਨਾਲੇ ਇਹ ਕੰਮ ਤਾਂ ਬੁੜੀਆਂ ਦੇ ਹੁੰਦੇ ਨੇ ਬੰਦਿਆਂ ਦੇ ਨਹੀਂ ਹੁੰਦੇ। ਤੇ ਪਰ ਮੈਨੂੰ ਐਂ ਲੱਗਦਾ ਵੀ ਜਿਵੇਂ ਤੈਨੂੰ ਪਹਿਲਾਂ ਮੈਂ ਕਿਤੇ ਵੇਖਿਆ। ਮਾਤਾ ਜੀ ਤੁਸੀਂ ਤਾਂ ਮੈਨੂੰ ਸੰਭਰ ਨਾ ਸਿਖਾਇਆ ਸੀਗਾ ਤੇ ਹੁਣ ਤੁਸੀਂ ਆਪ ਹੀ ਕਹਿੰਦੇ ਇਹ ਕੰਮ ਬੁੜੀਆਂ ਦਾ ਹੁੰਦਾ ਗਾ। ਕਮਾਲ ਕਰਦਾ, ਮੇਰੇ ਤਾਂ ਯਾਦ ਨਹੀਂ ਇਹ ਕਦੋਂ ਦੀ ਗੱਲ ਕਰਦਾ। ਵੇ ਭਾਈ ਮੈਨੂੰ ਐਂ ਲੱਗਦਾ ਤੂੰ ਮੈਨੂੰ ਟਿਚਰਾਂ ਨਾ ਕਰਦਾ ਹੋਵੇਂ। ਨਹੀਂ ਮਾਤਾ ਜੀ ਮੈਂ ਤੁਹਾਨੂੰ ਟਿਚਰਾਂ ਨਹੀਂ ਕਰਦਾ। ਤੁਸੀਂ ਯਾਦ ਕਰੋ ਜਦੋਂ ਮੈਂ ਤੇਰੇ ਕੋਲੇ ਕਿਸੇ ਦਾ ਘਰ ਪੁੱਛਣ ਆਇਆ ਸੀਗਾ ਤੇ ਤੁਸੀਂ ਮੈਨੂੰ ਬੌਂਕਰ ਫੜਾ ਕੇ ਸਾਰਾ ਵਿਹੜਾ ਸਮਰਾਇਆ ਸੀਗਾ, ਹੁਣ ਯਾਦ ਆਇਆ ਤੇਰੇ? ਵੀ ਮੈਂ ਮਰ ਜਾ ਵਾਗਰੂ ਕੁੜੇ, ਯਾਦ ਰੱਖੀ ਫਿਰਦਾ ਬੱਲੇ ਬੱਲੇ। ਹਾਂ ਯਾਦ ਆ ਗਿਆ ਵੇ ਭਾਈ, ਆ ਤਾਂ ਕਮਾਲ ਕਰਤੀ ਤੈਂ ਤਾਂ। ਤੇ ਅੱਛਾ ਅੱਜ ਫਿਰ ਇੱਧਰ ਕਿੱਧਰ ਤੁਰਿਆ ਫਿਰਦਾ ਹੈ? ਮਾਤਾ ਜੀ ਪਲਾਟ ਲੈਣਾ ਗਾ ਦਿਵਾਵੇਂਗੀ, ਪਰ ਇੱਕ ਗੱਲ ਦਾ ਧਿਆਨ ਰੱਖੀ, ਉਹਦੇ ਵਿੱਚ ਗੂੰਗੀ ਭੂਤ ਨਾ ਰਹਿੰਦੀ ਹੋਵੇ। ਵਾਹਿਗੁਰੂ ਵੇ ਭਾਈ ਤੈਂ ਤਾਂ ਕਮਾਲ ਕਰਤੀ, ਮੇਰੇ ਜਮਾ ਐਨ ਮਾਰੀ ਹੱਡ ਦੇ ਉੱਤੇ। ਹਾਂ ਉਹ ਗੱਲ ਆਈ ਕਾਕਾ ਵੀ ਉਸ ਗੱਲ ਦੀ ਮੈਂ ਮੰਗਦੀ ਹਾਂ ਮਾਫ਼ੀ, ਮੈਂ ਇੱਥੇ ਬਹੁਤ ਵੱਡੀ ਗਲਤੀ ਹੋ ਗਈ। ਠੀਕ ਹੈ ਜੀ। ਤੇ ਪਰ ਮੈਂ ਕਿਸੇ ਅੜੀ ਪਈ ਵੀ ਸਾਂ, ਚੱਕਰ ਸੀ ਕਿਸੇ ਨਾਲ ਪਲਾਟ ਪਲੂਟ ਦਾ, ਤਾਂ ਮੈਨੂੰ ਇਹ ਸਾਰੀ ਹੇਰਾ ਫੇਰੀ ਕਰਨੀ ਪੈ ਗਈ, ਕਿਹੜੀਆਂ ਭੂਤਾਂ ਤੇ ਕਿਹੜੇ ਪ੍ਰੇਤ। ਤੇ ਹੁਣ ਤੂੰ ਐਂ ਕਰ ਚੱਲ ਘਰੇ, ਤੈਨੂੰ ਚਾਹ ਚੂ ਪਿਆਵਾਂ ਮੈਂ ਸਾਂ ਆਇਆ। ਨਹੀਂ ਮਾਤਾ ਜੀ ਚਾਹ ਤਾਂ ਆਪਾਂ ਕਿਤੇ ਵਿਹਲੇ ਟਾਈਮ ਪੀਵਾਂਗੇ। ਅੱਛਾ ਨਹੀਂ ਮੈਨੂੰ ਕੋਈ ਥਾਂ ਦੀ ਲੋੜ ਨਹੀਂਗੀ, ਮੈਂ ਤਾਂ ਪਿੰਡ ਦੀ ਦੂਜੇ ਪੱਤੀ ਦੇ ਵਿੱਚ ਧਰਮਸ਼ਾਲਾ ਦੇ ਸਾਹਮਣੇ ਬਣੀ ਬਣਾਈ ਦੁਕਾਨ ਖਰੀਦ ਲਈ ਹੈਗੀ। ਅੱਛਾ ਤੇ ਤੁਸੀਂ ਸੌਦਾ ਲੈਣ ਆਇਆ ਕਰੋ ਉੱਥੋਂ। ਜ਼ਰੂਰ ਆਵਾਂਗੇ। ਕਿਹੜਾ ਕਿਹੜਾ ਸੌਦਾ ਰੱਖਿਆ? ਹਰੇਕ ਤਰ੍ਹਾਂ ਦਾ ਮਾਤਾ ਜੀ ਸੌਦਾ ਰੱਖਦੇ ਆ, ਤੁਸੀਂ ਆਇਓ ਤਾਂ ਸਹੀ ਕਦੇ। ਲੈ ਕਮਾਲ ਕਰਤੀ, ਤੇ ਮੈਂ ਹੁਣ ਬਾਜ਼ਾਰ ਖਰੀਦਣ ਕਿਉਂ ਜਾਊਂਗੀ? ਸਾਰਾ ਸੌਦਾ ਤੇਰੀ ਦੁਕਾਨ ਤੇ ਲੈ ਕੇ ਆਇਆ ਕਰੂੰਗੀ ਭਾਈ। ਠੀਕ ਹੈ ਮਾਤਾ ਜੀ। ਆਏ ਨੂੰ ਕੋਈ ਨਹੀਂ ਛਾਵਾ। ਚੰਗਾ ਮਾਤਾ ਜੀ, ਹੁਣ ਮੈਨੂੰ ਇਜਾਜ਼ਤ ਦਿਓ ਜੀ। ਚੰਗਾ ਜੀ ਆਏ ਨੂੰ, ਜੀ ਆਏ ਨੂੰ, ਵਾਹਿਗੁਰੂ ਵਾਹਿਗੁਰੂ। ਨੀ ਮੈਂ ਵਰਜਾ ਲਾ ਕਿੱਡਾ ਠੰਡਾ ਸੁਭਾਅ ਹੈ, ਜੇ ਕੋਈ ਹੋਰ ਹੁੰਦਾ ਨਾ ਤਾਂ ਮੇਰੇ ਜੁੰਡੇ ਪੱਟ ਦਿੰਦਾ। ਮੈਂ ਤਾਂ ਕਿੰਨੀ ਕੀਤੀ ਇਹਦੇ ਨਾਲ ਤੇ ਹੱਸ ਹੱਸ ਕੇ ਗੱਲਾਂ ਕਰੀ ਹੈ ਭਾਈ। ਮੇਰਾ ਤਾਂ ਜਿੱਥੇ ਤੱਕ ਤਜਰਬਾ ਨਾ, ਇਹ ਲਾਲਿਆਂ ਦਾ ਸੁਭਾਅ ਹੀ ਠੰਡਾ ਹੁੰਦਾ। ਇਸ ਗੱਲੋਂ ਤਾਹੀਆਂ ਤਾਂ ਅਗਲੇ ਆਦੇ ਹੁੰਦੇ ਨਾ ਵੀ ਲਾਲਾ ਕਦੇ ਮਾਰ ਨਹੀਂ ਖਾਂਦਾ, ਇਹਨਾਂ ਨੂੰ ਤਾਂ ਗੁੱਸਾ ਆਉਂਦਾ ਨਹੀਂ। ਹੱਸੀ ਹੱਸੀ ਗਿਆ, ਹੁਣ ਦੁਕਾਨ ਤੇ ਜਾ ਕੇ ਇਹਦੇ ਨਾਲ ਸੌਦੇ ਪੱਤੇ ਦਾ ਤੋਰੂੰਗੀ ਹਿਸਾਬ ਕਿਤਾਬ ਮੈਂ। ਚੁਗਲੀਆਂ ਚੱਕ ਕੇ ਦੇਖ ਲਿਓ ਕੀ ਹੋਣਾ, ਆਖਿਰਕਾਰ ਹਲਾਤੋ ਨੇ ਵੀ ਰੋਣਾ ਤੇ ਪਛਤਾਉਣਾ। ਬੁਰੇ ਕੰਮ ਦਾ ਬੁਰਾ ਨਤੀਜਾ ਸੋਚੋ ਸਮਝੋ ਭਾਈ, ਬੁਰੇ ਕੰਮ ਦਾ ਬੁਰਾ ਨਤੀਜਾ ਸੋਚੋ ਸਮਝੋ ਭਾਈ। ਹਲਾਤੋ ਆਈ, ਹਲਾਤੋ ਆਈ, ਹਲਾਤੋ ਆਈ, ਹਲਾਤੋ ਆਈ, ਹਲਾਤੋ ਆਈ, ਹਲਾਤੋ ਆਈ। Please like and subscribe the channel. Please like and subscribe the channel.